ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਹੈ? ਮੈਂ ਤੁਹਾਡਾ ਵੀਰ ਮਲਕ ਮਜ਼ਹਰ ਜੀ ਨੂੰ ਆਖਣਾ ਤੁਹਾਨੂੰ ਆਪਣੇ ਯੂਟਿਊਬ ਚੈਨਲ 'ਤੇ। ਅਤੇ ਜਿੱਦਾਂ ਕਿ ਤੁਹਾਨੂੰ ਪਤਾ, ਮੌਸਮ ਦੀ ਤਬਦੀਲੀ ਹੋ ਰਹੀ ਹੈ, ਸਰਦੀਆਂ ਆ ਰਹੀਆਂ ਨੇ ਆਹਿਸਤਾ ਆਹਿਸਤਾ। ਇੱਦਾਂ ਹੀ ਸਾਡੇ ਕੁਛ ਜਵਾਨ ਨਾ ਜਾਨਵਰਾਂ ਵਾਸਤੇ ਇੱਕ ਪ੍ਰੋਜੈਕਟ ਬਣਾ ਰਹੇ ਨੇ, ਬੜਾ ਤਗੜਾ ਤਗੜਾ ਪ੍ਰੋਜੈਕਟ। ਕੀ ਵੀ ਉਹਨਾਂ ਦਾ ਰਾਤ ਰਹਿਣ ਸਹਿਣ ਦਾ ਇੰਤਜ਼ਾਮ ਕਰ ਰਹੇ ਨੇ। ਅਤੇ ਮਾਸ਼ਾਅੱਲਾ, ਜਿਹੜੇ ਬੇਲੀ ਵਿਹਲੇ ਰਹਿੰਦੇ ਨੇ, ਇਸ ਗੱਲੋਂ ਪਰੇਸ਼ਾਨ ਹੀ ਨਾ ਹੋਣ, ਵੀ ਇਹ ਸੋਚਣ ਹੀ ਨਾ ਵੀ ਅਸੀਂ ਵਿਹਲੇ ਹਾਂ। ਉਹ ਤੁਹਾਡੇ ਤੋਂ ਵੱਧ ਵਿਹਲੇ ਬੰਦੇ ਪਏ ਨੇ। ਅਰੇ ਕਹਿਣਾ ਕਿਆ ਚਾਹਤੇ ਹੋ? ਹਾਂਜੀ, ਟੈਨਸ਼ਨ ਨਹੀਂ ਲੈਣੀ ਤੁਹਾਨੂੰ, ਹੁਣ ਮੈਂ ਕੰਮ ਵਹਾਨਾ ਅਤੇ ਦਿਨ ਵੇਖਿਆ ਜੇ ਅਤੇ ਹਜੇ ਵੀ ਮੈਨੂੰ ਉਮੀਦ ਤਾਂ ਬੜੀ, 2 ਮਹੀਨੇ ਲੱਗ ਜਾਣੇ ਇਸ ਪ੍ਰੋਜੈਕਟ ਦੇ ਉਹਨਾਂ ਨੂੰ ਮੁਕੰਮਲ ਕਰਦੇ ਹਾਂ। ਅਕਸਰ ਤੁਸੀਂ ਮੇਰੀ ਵੀਡੀਓ 'ਚ ਵੇਖਦੇ ਹੋ ਵੀ ਮੇਰੇ ਪਿੱਛੇ ਇੱਕ ਬੈਕ ਸਾਈਡ 'ਤੇ ਹਾਥਾ ਹੁੰਦਾ ਜਾਨਵਰਾਂ ਵਾਲਾ, ਜਿਹਦੇ ਵਿੱਚ ਅਸੀਂ ਸ਼ਾਮ ਨੂੰ ਜਾਨਵਰ ਬੰਨੀ, ਅਤੇ ਮੈਂ ਹੁਣ ਤੁਹਾਨੂੰ ਉਹਦਾ ਵਿਜ਼ਿਟ ਕਰਾਉਂਦਾ। ਆਹ ਚੈੱਕ ਕਰੋ ਜੀ, ਆ ਉਹ ਹੱਥ ਹੈ ਜਿਹਦੇ 'ਤੇ ਕੰਮ ਹੋ ਰਿਹਾ। ਆ ਉਸੇ ਪ੍ਰੋਜੈਕਟ ਦੀ ਮਿੱਟੀ ਹੈ ਥੱਲੇ ਪਈ, ਆ ਰੇੜੀ 'ਤੇ ਉਸੇ ਪ੍ਰੋਜੈਕਟ ਦਾ ਸਮਾਨ ਹੈ ਜਿਹੜਾ ਛੱਤ 'ਤੇ ਉੱਤੇ ਰੱਖ ਕੇ ਕੰਮ ਹੋਣਾ। ਅਤੇ ਆ ਉਹ ਮਿੱਟੀ ਹੈ ਜਿਹੜੀ ਅੰਦਰੋਂ ਕੱਢੀ ਬਾਹਰ, ਕਾਫੀ ਇਕੱਠੀ ਹੋ ਗਈ ਸੀ। ਅਤੇ ਇਸ ਕੰਮ 'ਤੇ ਇਹਨਾਂ ਨੂੰ ਅਲਹਮਦੁਲਿਲਾ ਅੱਜ ਚਾਰ ਕੇ 5 ਜਵਾਨ ਨੇ ਜਿਹੜੇ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ। 2 ਮਹੀਨੇ ਹੋ ਗਏ ਨੇ ਇਸ ਪ੍ਰੋਜੈਕਟ ਤੇ। ਪਹਿਲੇ 15 ਦਿਨਾਂ 'ਚ ਉਹਨਾਂ ਨੇ ਜੀ ਇਹਦੀ ਛੱਤ ਲਾਈ, ਉੱਤੋਂ ਧਿਆਨ ਚੈੱਕ ਕਰਾਉਣਾ। ਇਹ ਆਹ ਦੇਖ ਰਹੇ ਹੋ, ਆਹ ਜੀ ਮਾਲਾ ਲਾਂਦਾ, ਜਿਹਦਾ ਸਿਰਫ 4 ਦੀਵਾਰੀ ਹੋਈ ਹੈ, 4 ਦੀਵਾਰੀ ਇਹਦੀ ਹੋਈ ਹੈ ਮੁਕੰਮਲ। ਆਹ ਜਿਹੜੀ ਉੱਪਰ ਛੱਤ ਹੈ ਨਾ, ਇਸ ਪ੍ਰੋਜੈਕਟ 'ਤੇ ਉਹਨਾਂ ਦੇ ਅਲਹਮਦੁਲਿਲਾ 2 ਮਹੀਨੇ ਲੰਘ ਚੁੱਕੇ ਨੇ, ਅਤੇ ਹਜੇ ਉਹਨਾਂ ਨੇ ਜੀ ਛੱਤ ਉਤਲੀ ਪਹਿਲੀ ਪੁੱਟ ਗਏ, ਦੁਬਾਰਾ ਗਾਡਰ ਸਿੱਧੇ ਕਰਕੇ ਰੱਖੇ ਨੇ, ਨਵੇਂ ਵਾਂਸ ਰੱਖੇ ਨੇ, ਆ ਉੱਤੇ ਕਾਨੇ ਰੱਖੇ ਨੇ। ਇਹ ਅਲਹਮਦੁਲਿਲਾ ਇਸ ਕੰਮ ਨੂੰ ਉਹਨਾਂ ਨੂੰ ਹੋ ਗਏ ਨੇ 2 ਮਹੀਨੇ, ਅਤੇ ਗਾਂਹ ਹਜੇ ਕੰਮ ਰਹਿੰਦਾ, ਮੀਤੇ ਬੜੀ 1-2 ਮਹੀਨੇ ਹੋਰ ਲੱਗ ਜਾਣਗੇ ਇਸ ਪ੍ਰੋਜੈਕਟ 'ਤੇ। ਬੁਰਾ ਲੱਗਤਾ ਹੈ ਭਾਈ, ਆਪ ਲੋਗ ਵੀ ਜਾਣਤੇ ਹੋ। ਇਹ ਜਿਹੜਾ ਬੇਲੀ ਸਾਡੇ ਕਰ ਰਹੇ ਨੇ, ਆਹ ਕੱਲ੍ਹ ਗਏ ਹਾਂ ਡੇਰਿਓਂ ਲੈ ਕੇ ਆਏ ਹਾਂ ਸਾਰ ਕਾਨੇ, ਜਵਾਨ 4 ਜਵਾਨ ਨੇ। ਮੈਂ ਇਹਨਾਂ ਬੇਲੀਆਂ ਵਾਸਤੇ ਖਾਸ ਗੱਲ ਕਰ ਰਿਹਾ ਜਿਹੜੇ ਇਹ ਸੋਚ ਰਹੇ ਨੇ ਵੀ ਅਸੀਂ ਵਿਹਲੇ, ਉਹ ਤੁਹਾਡੇ ਤੋਂ ਵੱਧ ਵਿਹਲੇ ਪਏ ਨੇ ਯਾਰ। ਇਕੱਲੀ 1 ਛੱਤ 'ਤੇ ਗਾਡਰ ਮਸਾਂ 3 ਨੇ, ਅਤੇ ਦਿਨ ਪਤਾ ਕਿੰਨੇ ਹੋ ਗਏ ਨੇ, 60 ਦਿਨ ਤਾਂ ਇਹੀ ਹੋ ਗਏ ਨੇ ਇਹਨਾਂ ਨੂੰ ਲਾ ਕੇ, ਅਤੇ ਹਜੇ ਉਹ ਕਾਨੇ ਉੱਤੇ ਚੜ੍ਹਾਏ ਨੇ। ਅਤੇ ਅੱਗੋਂ ਹਜੇ ਵੇਖੋ ਕੀ ਬਣਦਾ, ਹਜੇ ਤਾਂ ਠੰਡ ਆਉਣੀ ਹੈ, ਜਦੋਂ ਠੰਡ ਜ਼ੋਰ 'ਤੇ ਆਉਣੀ ਹੈ ਫਿਰ ਇਸ ਪ੍ਰੋਜੈਕਟ ਦਾ ਕੰਮ ਮੁਕੰਮਲ ਹੋਣਾ। ਤੁਹਾਨੂੰ ਪਿਛਲੀ ਵੀਡੀਓ 'ਚ ਇੱਕ ਵਿਖਾਈ ਸੀ, ਸਾਡੀ ਮੁਰਗੀ ਪਾੜੇ 'ਤੇ ਬੈਠੀ ਸੀ, ਉਹਨੇ ਮਾਸ਼ਾਅੱਲਾ 1 ਬੱਚਾ ਦਿੱਤਾ ਸੀ, ਅਤੇ ਉਹ ਵੀ ਅਸੀਂ 12 ਰਬੀਉਲ ਅਵਲ ਵਾਲੇ ਦਿਨ ਨਾ ਕਾਵਾਂ ਦੀ ਦਾਵਤ 'ਚ ਦੇ ਦਿੱਤਾ ਸੀ। ਹੁਣ ਦੁਬਾਰਾ ਦੂਸਰੀ ਬਿਠਾ ਤੇ ਦਿੱਤੀ, ਵੇਖੋ ਇਹਦੇ ਬੱਚੇ ਮੰਜ਼ਲੇ ਮਕਸੂਦ 'ਤੇ ਪਹੁੰਚਦੇ ਨੇ ਕਿ ਨਹੀਂ। ਬਾਕੀ ਆ ਜਿਮ ਸ਼ਿਮ ਦਾ ਸਮਾਨ ਪਿਆ, ਦੇਸੀ ਜਿਮ ਬਣਾਈ ਦੀ, ਉਹ ਮਾਰ ਮੂਰ ਕੇ ਆਪਣਾ ਸੈੱਟ ਰਹੀਦਾ, ਸਵੇਰੇ ਉੱਠ ਕੇ ਮੋਰਨਿੰਗ ਟਾਈਮ ਕੋ 2-4 ਸੈਟਅਪ ਮਾਰ ਲਈਦੇ ਨੇ। ਬਾਕੀ ਸਾਡੇ ਜਾਨਵਰ ਤਾਂ ਤੁਸੀਂ ਵੇਖੇ ਹੀ ਨੇ, ਆਹ ਵਾਲੇ ਇਹ ਤਾਂ ਸ਼ੌਂਕ, ਫਿਰ ਤੁਹਾਨੂੰ ਪਤਾ ਸਾਡੇ ਜਿਹੜੇ ਨਿਆਣੇ ਨੇ ਫੁੱਲ ਖਰਾਬ ਨੇ ਇਸ ਮਾਮਲਾ 'ਚ। ਆ ਕਬੂਤਰ ਸ਼ਬੂਤਰ ਰੱਖੇ ਨੇ ਉਹਨਾਂ, ਤੋਤੇ ਅਸੀਂ ਘਰ ਰੱਖੇ ਨੇ, ਉਹ ਵੀ ਮਾਸ਼ਾਅੱਲਾ 1 ਪੇਅਰ ਮਿਲ ਗਿਆ ਆਪਸ ਮੈਂ, ਅੱਲਾ ਖੈਰ ਕਰੇ ਹੁਣ ਗਾਂ ਉਹਨਾਂ ਦੇ ਬੱਚੇ ਹੀ ਬੱਚੇ ਹੋ ਜਾਣੇ। ਅਤੇ ਇਸ ਟਾਈਮ ਮੈਂ ਇਕੱਲਾ ਹੀ ਨੇ, ਅਤੇ ਉਹ 4 ਜਵਾਨ ਤੁਹਾਨੂੰ ਜਿਹੜੇ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ
ਉਹਨਾਂ ਨਾਲ ਜ਼ਰੂਰ ਮਿਲਾਉਂਦਾ, ਨਾਲੇ ਤੁਹਾਨੂੰ ਤਫਸੀਲ ਦਿੰਦੇ ਵੀ ਅਸੀਂ ਇਹਦੇ 'ਤੇ ਕਿੰਨੀ ਮਿਹਨਤ ਕਰ ਰਹੇ ਹਾਂ ਅਤੇ ਕੀ ਹਿਸਾਬ ਕਿਤਾਬ ਹੈ। ਅਤੇ ਦੁਆਵਾਂ 'ਚ ਯਾਦ ਰੱਖਿਆ ਜੇ ਸਾਡੀ ਵੀਡੀਓ ਨੂੰ ਲਾਈਕ, ਸਾਡੇ ਚੈਨਲ ਨੂੰ ਸਬਸਕ੍ਰਾਈਬ, ਤੁਹਾਡੀ ਬੜੀ ਮਿਹਰਬਾਨੀ, ਅੱਲਾਹ ਦੇ ਹਵਾਲੇ।